ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਮੋਗਾ ਤੋਂ ਵੀ ਇਹ ਸੜਕ ਨਿਕਲ ਰਹੀ ਹੈ ਅਤੇ ਇੱਥੋਂ ਦੇ ਕਈ ਪਿੰਡਾਂ ਦੇ ਵਿੱਚ ਜਾਣ ਦੇ ਲਈ ਇਸ ਸੜਕ ਤੋਂ ਰਸਤਾ ਵੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਸਰਵਿਸ ਲਾਈਨ ਦਿੱਤੀ ਜਾ ਰਹੀ ਹੈ। ਉੱਥੇ ਹੀ ਅੱਜ ਕਿਸਾਨਾਂ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਸਰਕਾਰ ਦੇ ਨਾਮ 'ਤੇ ਮੰਗ ਪੱਤਰ ਸੌਂਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸੜਕ ਤੋਂ ਉਹਨਾਂ ਦੇ ਪਿੰਡ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਜੇਕਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਉੱਥੋਂ ਦੀ ਇਹ ਸੜਕ ਨਹੀਂ ਬਣਨ ਦਿੱਤੀ ਜਾਵੇਗੀ। ਇਸ ਸੰਬੰਧ ਵਿੱਚ ਹੋਰ ਕਿਸਾਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਹਾਂਜੀ, ਅਸੀਂ ਇਸ ਵਾਸਤੇ ਇੱਥੇ DC ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਹਾਂ, ਜੋ ਕਿ ਇੱਕ ਨਵਾਂ ਹਾਈਵੇ NH 105B ਜੋ ਕਿ ਮੋਗਾ ਤੋਂ ਲਾਂਭਾੜੀ ਨੂੰ ਬਤੌਰ ਬਾਈਪਾਸ ਜਾ ਰਿਹਾ, ਔਰ ਇਹਦੇ ਵਿੱਚ ਸਾਰੇ ਪਿੰਡਾਂ ਦੇ ਜਿੰਨੇ ਕਿਸਾਨ ਆਏ ਆ ਉਹਨਾਂ ਦੀਆਂ ਕੀਮਤੀ ਜ਼ਮੀਨਾਂ ਅਕੁਆਇਰ ਕਰਕੇ ਇਹ ਬਣਾਇਆ ਜਾ ਰਿਹਾ, ਪਰ ਉਹਨਾਂ ਕਿਸਾਨਾਂ ਨੂੰ ਇਹਦੇ ਉੱਪਰ ਚੜ੍ਹਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਦੂਜਾ ਸਭ ਤੋਂ ਜੋ ਵੱਡਾ ਧੱਕਾ ਹੋ ਰਿਹਾ, ਇਹਦੇ ਨਾਲ ਕੋਈ ਸਰਵਿਸ ਰੋਡ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੋ ਹਿੱਸਿਆਂ 'ਚ ਵੰਡੀਆਂ ਗਈਆਂ ਉਹਨਾਂ ਨੂੰ ਦੂਜੇ ਪਾਸੇ ਜਾਣ ਵਾਸਤੇ ਰਸਤਾ ਕੋਈ ਨਹੀਂ। ਹਾਂਜੀ, ਜੋ ਕੋਈ ਇਹਦੇ ਵਿੱਚ ਹਾਈਵੇ ਦੇ ਵਿੱਚ ਕਿਸਾਨਾਂ ਦੇ ਬੋਰ ਆਏ ਆ ਜਾਂ ਕੰਸਟਰਕਸ਼ਨ ਆਈ ਹੈ ਉਹਦਾ ਅਜੇ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ ਗਾ, ਔਰ ਅਸੀਂ ਨਾਲ ਹੀ ਇਹ ਮੰਗ ਵੀ ਕਰਦੇ ਹਾਂ ਕਿ ਇੱਕ ਤਾਂ ਪੈਸੇ ਤੁਰੰਤ ਦਿੱਤੇ ਜਾਣ, ਨਾਲ ਸਰਵਿਸ ਰੋਡ ਦਿੱਤਾ ਜਾਵੇ, ਅਤੇ ਬਾਕੀ ਜੋ ਜ਼ਮੀਨਾਂ ਦੋ ਹਿੱਸਿਆਂ 'ਚ ਵੰਡੀਆਂ ਗਈਆਂ ਉਹਨਾਂ ਦੇ ਵਿੱਚ ਨਹਿਰੀ ਅਤੇ ਜੋ ਟਿਊਬਵੈੱਲਾਂ ਦਾ ਪਾਣੀ ਹੈ ਉਹਦੇ ਪਹੁੰਚਾਉਣ ਵਾਸਤੇ ਪਾਈਪਾਂ ਜਾਂ ਪੁਲੀਆਂ ਦਾ ਪ੍ਰਬੰਧ ਕੀਤਾ ਜਾਵੇ। ਔਰ ਅਸੀਂ ਅੱਜ ਬਤੌਰ ਇੱਕ ਡਿਪਟੀ ਦੇ ਤੌਰ 'ਤੇ ਮਿਲਾਂਗੇ, ਜੇ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਅਗਲਾ ਸੰਘਰਸ਼ ਉਲੀਕਾਂਗੇ। ਸਰਪੰਚ ਸਾਹਿਬ, ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਪੁੱਜੇ ਆ, ਵੱਖ ਵੱਖ ਪਿੰਡਾਂ ਦੇ ਕਿਸਾਨ, ਕਿਹੜੀਆਂ ਮੰਗਾਂ ਨੇ ਜਿਹੜੀਆਂ ਨੂੰ ਲੈ ਕੇ ਅੱਜ ਤੁਹਾਨੂੰ ਇੱਥੇ ਆਉਣਾ ਪਿਆ? ਸਾਡੇ ਜਿਹੜੇ ਪਿੰਡ ਹੈ ਉਹਨਾਂ ਦੇ ਵਿੱਚੋਂ ਦੀ ਨਵਾਂ ਰੋਡ NH 105B ਜਿਹੜਾ ਲੰਘ ਰਿਹਾ, ਜਿਹੜਾ ਕਿ ਮੋਗੇ ਨੂੰ ਬਾਜੇਖਾਨੇ ਨਾਲ ਬਾਈਪਾਸ ਦੀ ਤਰ੍ਹਾਂ ਜੁੜੇਗਾ, ਪਰ ਸਾਡੇ ਨਾਲ ਜਿਹੜੀ ਬਹੁਤ ਨਜਾਇਜ਼ ਧੱਕਾ ਹੋ ਰਿਹਾ, ਕਿਉਂਕਿ ਪਿੰਡਾਂ ਦੀਆਂ ਬੜੀਆਂ ਉਪਜਾਊ ਜ਼ਮੀਨਾਂ ਲੈ ਕੇ ਅਕੁਆਇਰ ਕਰਕੇ ਸਰਕਾਰ ਨੇ ਇਹ ਰੋਡ ਬਣਾਉਣਾ ਹੈ, ਪਰ ਉਹਨਾਂ ਹੀ ਪਿੰਡਾਂ ਜਿਨ੍ਹਾਂ ਦੇ ਵਿਕਾਸ ਦੇ ਨਾਂ 'ਤੇ ਰੋਡ ਬਣਾਇਆ ਜਾ ਰਿਹਾ ਉਹਨਾਂ ਨੂੰ ਇਸ ਰੋਡ ਦੇ ਉੱਤੇ ਚੜ੍ਹਨ ਦਾ ਹੱਕ ਨਹੀਂ ਦਿੱਤਾ ਗਿਆ ਬਿਲਕੁਲ, ਕਿਉਂਕਿ ਪਹਿਲਾਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ, ਹੁਣ ਠੇਕੇਦਾਰ ਜਿਹੜੇ ਉੱਥੇ ਕੰਮ ਕਰ ਰਹੇ ਜਾਂ ਉਹਨਾਂ ਤੋਂ ਹੋਰ ਸੋਰਸਾਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਹ ਰੋਡ ਜਿਹੜਾ 10 ਫੁੱਟ ਉੱਚਾ ਬਣਾਇਆ ਜਾਣਾ, ਜਿਹਦੇ ਵਿੱਚ ਕਿ ਕਿਸੇ ਵੀ ਪਿੰਡ ਦੀ ਕੋਈ ਐਂਟਰੀ ਹੈ ਨਹੀਂ, ਕੋਈ ਬੰਦਾ ਪਿੰਡਾਂ ਦਾ ਇੱਥੇ ਚੜ੍ਹ ਨਹੀਂ ਸਕੂਗਾ, ਔਰ ਨਾ ਹੀ ਇਸ ਤੋਂ ਇਲਾਵਾ ਜਿਹੜੀਆਂ ਪਹੀਆਂ ਸਾਡੇ ਖੇਤ ਪਾਰ ਰਹਿ ਗਏ ਜਾਂ ਜ਼ਮੀਨਾਂ ਜਿਹੜੀਆਂ ਆਰ ਪਾਰ ਬਚੀਆਂ ਉਹਨਾਂ ਦੀਆਂ ਪਹੀਆਂ ਖਤਮ ਹੋ ਗਈਆਂ, ਕੱਟੀਆਂ ਗਈਆਂ, ਉਹਨਾਂ ਨੂੰ ਜ਼ਮੀਨਾਂ ਨੂੰ ਜੋੜਨ ਵਾਸਤੇ ਕੋਈ ਸਰਵਿਸ ਰੋਡ ਇਹਦੇ ਵਾਸਤੇ ਨਹੀਂ ਦਿੱਤਾ ਜਾ ਰਿਹਾ, ਔਰ ਇਹ ਜਿਹੜਾ ਬਹੁਤ ਜ਼ਿਆਦਾ ਨਜਾਇਜ਼ ਜਿਹੜੀ ਗੱਲ ਸਾਡੇ ਨਾਲ ਹੋ ਰਹੀ ਹੈ, ਸਾਰੇ ਪਿੰਡਾਂ ਦੇ ਆ ਜਿਹੜੇ ਮੋਹਤਬਰ ਬੰਦੇ, ਸਾਰੇ ਸਰਪੰਚ, ਪੰਚ, ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ, ਕੋਈ ਕਿਸਾਨ ਯੂਨੀਅਨ ਆ, ਅਤੇ ਸਾਰੇ ਨੁਮਾਇੰਦੇ ਰਲ ਕੇ ਇੱਥੇ ਸਾਰੇ ਪਿੰਡਾਂ ਦੇ ਮੋਹਤਬਰ ਬੰਦੇ ਇੱਥੇ ਅਧੀਸ਼ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਪਹੁੰਚੇ ਹਾਂ ਕਿ ਜੇ ਇਸ ਤਰ੍ਹਾਂ ਸਾਡੇ ਨਾਲ ਧੱਕਾ ਹੋਊਗਾ ਉਹੀ ਰੋਡ ਜਿਹੜੀਆਂ ਸਾਡੀਆਂ ਜ਼ਮੀਨਾਂ ਰੋਕ ਕੇ ਬਣਾਈ ਜਾ ਰਹੀ ਹੈ ਅਤੇ ਸਾਡੇ ਪਿੰਡਾਂ ਦੇ ਵਿਕਾਸ ਦੇ ਨਾਂ 'ਤੇ ਬਣਾਈ ਜਾ ਰਹੀ ਹੈ, ਉਹਦੇ 'ਤੇ ਚੜ੍ਹਨ ਦਾ ਸਾਨੂੰ ਹੱਕ ਨਾ ਮਿਲਿਆ, ਤਾਂ ਅਸੀਂ ਇੱਥੇ ਭੁੱਖ ਹੜਤਾਲ 'ਤੇ ਬੈਠਣ ਤੋਂ ਵੀ ਗਰੇਜ਼ ਨਹੀਂ ਕਰਾਂਗੇ, ਜੋ ਵੀ ਸਾਨੂੰ ਕਰਨਾ ਪਿਆ ਅਸੀਂ ਧਰਨੇ ਮੁਜ਼ਾਹਰੇ ਜਿੱਥੇ ਤੱਕ ਜਾਣਾ ਪਿਆ ਅਸੀਂ ਸਾਰੇ ਪਿੰਡ ਰਲ ਕੇ ਉਹ ਕਰਾਂਗੇ, ਨਹੀਂ ਤਾਂ ਘੱਟੋ ਘੱਟ ਸਾਡੀ ਜਿਹੜੀ ਜਾਇਜ਼ ਮੰਗਾਂ ਹੈ ਉਹਨੂੰ ਸੁਣ ਕੇ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਮੰਗਾਂ ਨਹੀਂ ਹੱਲ ਕਰਦਾ ਤਾਂ ਕੀ ਆਉਣ ਵਾਲਾ ਸੰਘਰਸ਼? ਜੇ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਧਿਆਨ ਨਹੀਂ ਦੇਊਗਾ ਜਾਂ ਸਾਡੀਆਂ ਨਾ ਮੰਗੀਆਂ ਜਾਣਗੀਆਂ ਤਾਂ ਅਸੀਂ ਇੱਥੇ ਡਿਸਟ੍ਰਿਕਟ ਲੈਵਲ 'ਤੇ ਸਭ ਤੋਂ ਪਹਿਲਾਂ ਤਾਂ ਇੱਥੇ ਭੁੱਖ ਹੜਤਾਲ 'ਤੇ ਸਾਰੇ ਪਿੰਡਾਂ ਦੇ ਜਿਹੜੇ ਪੰਚ ਸਰਪੰਚ ਆ, ਜਿਹੜੇ ਮੋਹਤਵਰ ਬੰਦੇ ਆ ਜਾਂ ਲੋਕ ਹੈ ਉਹ ਇੱਥੇ ਬੈਠਾਂਗੇ, ਕਿਉਂਕਿ ਇਸ ਤੋਂ ਜ਼ਿਆਦਾ ਧੱਕਾ ਸਾਡੇ ਨਾਲ ਹੋ ਹੀ ਨਹੀਂ ਸਕਦਾ ਕਿ ਸਾਡੀਆਂ ਹੀ ਜ਼ਮੀਨਾਂ ਲੈ ਕੇ ਸਾਡੇ ਉੱਥੋਂ ਦੀ ਸੜਕ ਸਾਡੇ ਨਾਂ 'ਤੇ ਬਣਾਈ ਗਈ ਅਤੇ ਸਾਨੂੰ ਉਹ 'ਤੇ ਚੜ੍ਹਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ, ਇਸ ਤੋਂ ਵੱਡਾ ਧੱਕਾ ਸਾਡੇ ਨਾਲ ਕੀ ਹੋ ਸਕਦਾ ਹੈ?